ਹੁਣ ਭਾਅ ਜੀ ਅੱਜ ਕਿੱਥੇ ਲੈ ਕੇ ਆ ਗਏ ਜੀ? ਅੱਜ ਭਾਅ ਜੀ ਤੁਹਾਨੂੰ ਆਫਰ ਲੈ ਕੇ ਆਇਆ, ਇੱਕ ਪੀਜ਼ੇ ਦੇ ਨਾਲ ਤੇ ਪੀਜ਼ਾ ਫ੍ਰੀ ਮਿਲੇਗਾ ਮਿਲੇਗਾ ਨਾਲ ਇੱਕ ਕੋਲਡ ਡਰਿੰਕ ਵੀ ਮਿਲੇਗੀ ਭਾਅ ਜੀ। ਸੱਚੀ ਸੱਚੀ ਭਾਅ ਜੀ, ਇੱਕ ਇੱਕ ਪੀਜ਼ਾ ਦੇ ਨਾਲ ਇੱਕ ਪੀਜ਼ਾ ਫ੍ਰੀ ਤੇ ਨਾਲ ਕੋਲਡ ਡਰਿੰਕ? ਨਾਲ ਕੋਲਡ ਡਰਿੰਕ, ਹਾਂਜੀ। ਹੋਰ ਬੋਲਣਾ ਜੀ ਕੋਈ? ਹਾਂ, ਹੋਰ ਕੋਈ ਝੂਠ ਬੋਲਣਾ ਜੀ? ਨਹੀਂ ਭਰਾਵਾ, ਮੈਂ ਝੂਠ, ਤੈਨੂੰ ਲੱਗਦਾ ਮੈਂ ਝੂਠ ਬੋਲਦਾ ਪਿਆ? ਝੂਠ, ਇੱਕ ਨਾ ਇੱਕ ਪੀਜ਼ਾ ਕੌਣ ਫ੍ਰੀ ਦਿੰਦਾ ਨਾਲ ਕੋਲਡ ਡਰਿੰਕ? ਆਜੋ ਤੁਹਾਡੀ ਆਂਟੀ ਨਾਲ ਗੱਲ ਕਰਾ ਦਿੰਦੇ ਹਾਂ, ਵੇਖ ਲਓ ਸਾਡੀ ਆਡੀਅੰਸ ਵਾਸਤੇ ਉਹਨਾਂ ਨੇ ਸਪੈਸ਼ਲ ਆਫਰ ਕੱਢੀ ਆ। ਅੱਛਾ, ਨਹੀਂ ਯਕੀਨ ਆਉਂਦਾ ਚਲਾਓ ਤੁਹਾਨੂੰ ਦਿਖਾਉਣਾ। ਇਹ ਕਹਿੰਦੇ ਮੈਂ ਝੂਠ ਬੋਲਦਾ ਪਿਆ, ਮੈਂ ਤੁਹਾਡੇ ਕੋਲ ਦੱਸੋ ਆਫਰ ਕਿਹੜੀ ਹੈਗੀ ਆ? ਪੀਜ਼ੇ ਨਾਲ ਪੀਜ਼ਾ ਫ੍ਰੀ ਹੈਗਾ ਕਿ ਨਹੀਂ ਹੈਗਾ? ਬਿਲਕੁਲ ਹੈਗਾ, ਪੀਜ਼ੇ ਨਾਲ ਪੀਜ਼ਾ ਫ੍ਰੀ ਨਾਲ ਕੋਲਡ ਡਰਿੰਕ ਫ੍ਰੀ। ਸੱਚੀ ਆਂਟੀ ਜੀ, ਵੇਟ ਕਿਉਂ ਪਰੇ ਦੇ? ਇਹ ਆ ਗਈ ਪੀਜ਼ਾ ਸੌਸ। ਪੀਜ਼ਾ ਸੌਸ ਭਾਈ, ਹਾਂਜੀ, ਪੀਜ਼ਾ ਦੇ ਬੜਾ ਘੈਂਟ ਲੱਗਦਾ ਵੇ, ਅੱਜ ਘੈਂਟ ਘੈਂਟ ਵੀ ਚੀਜ਼ ਖਾਣੀ ਆ। ਜੀ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਜੇਗਾ, ਕਿ ਨੋ ਪ੍ਰੋਫਿਟ ਨੋ ਲੋਸ ਤੇ ਕੰਮ ਕਰ ਰਹੇ ਆ ਜੀ। ਸਪਾਈਸੀ ਇਹ ਆ ਗਏ ਆਪਣੇ ਕੋਰਨਸ, ਕੋਰਨ ਤੇ ਅਨੀਅਨ, ਅਨੀਅਨ ਆ ਗਿਆ। ਦੁਬਾਰਾ ਸਵੀਟ ਕੋਰਨ ਦੀ ਚੀਜ਼ ਲਾਈਕ ਅਮੂਲ ਅਮੂਲ ਪੈਸੇ ਵਸੂਲ, ਇਹ ਪੈਸੇ ਵਸੂਲ ਵਾਲੀ ਆਫਰ ਹੈਗੀ ਜੇ ਕੌਣ ਭਾਅ ਜੀ? ਹਾਂਜੀ ਭਾਅ ਜੀ, ਇਹਦੇ ਉੱਤੇ ਤਾਂ ਇੰਨਾ ਕੁਝ ਪਾਤਾ ਵਾ, ਇਹਦਾ ਰੇਟ ਰੂਟ ਵੀ ਪੁੱਛ ਲਓ। ਆ ਰੇਟ ਵੀ ਪੁੱਛ ਲੈਂਦੇ ਆ, ਇੱਕ ਨੇ ਇੱਕ ਫ੍ਰੀ ਕਹਿਣ ਦੇ, ਇਹਨਾਂ ਨੇ 500 ਦਾ ਹੋਏ ਮੁੜ ਕੇ ਪੁੱਛ ਲੈਂਦੇ ਆ। ਹਾਂਜੀ ਪੁੱਛ ਲੈਂਦੇ, ਆ ਜਾਓ ਸਰ। ਸਟਾਰਟ ਪੀਜ਼ਾ ਤੁਸੀਂ ਜਿੱਥੇ ਮਰਜ਼ੀ ਚਲ ਜਾਓ, 100 ਰੁਪਿਆ ਸਟਾਰਟ ਹੈ ਪੀਜ਼ਾ, ਅਸੀਂ 120 ਚ ਕੰਬੋ ਦੇ ਰਹੇ ਹਾਂ। ਸੱਚੀ, ਇੱਕ ਨਾਲ ਇੱਕ ਫ੍ਰੀ, ਕੋਲਡ ਡਰਿੰਕ ਫ੍ਰੀ। ਇਹ ਤੇ ਬਾਜ਼ਾਰ ਚ 100 ਰੁਪਏ ਦਾ ਤੇ ਇਹੀ ਮਿਲ ਜਾਂਦਾ ਨਾਰਮਲ ਤੌਰ ਤੇ, ਅਸੀਂ ਕਿਤੇ ਵੀ ਖਾਣ ਜਾਈਏ ਤੇ ਅਸੀਂ ਜ਼ਿਆਦਾ ਪ੍ਰੋਫਿਟ ਨਹੀਂ ਰੱਖਿਆ। ਇਹਦੇ ਮਤਲਬ ਗਗਨ ਬਾਈ ਇੱਕ ਚੀਜ਼ ਹੈਗੀ ਆ, ਜਿਵੇਂ ਕਈ ਵਾਰੀ ਹੁੰਦਾ ਸੀ ਨਾ ਅਸੀਂ ਵੀਡੀਓ ਬਣਾਉਂਦੇ ਸੀ ਤੇ ਛੋਟੇ ਛੋਟੇ ਬੱਚੇ ਜਿਵੇਂ ਹੁੰਦੇ ਸੀ, ਪੀਜ਼ੇ ਬੜੇ ਮਹਿੰਗੇ ਆ, ਇਹ ਆਮ ਬੰਦਾ ਜਿਹੜਾ ਮਰਜ਼ੀ ਆ ਕੇ ਖਾ ਸਕਦਾ ਜੀ। ਹਰ ਬੱਚੇ ਨੂੰ ਮੌਕਾ ਮਿਲੇਗਾ, ਹਰ ਬੱਚੇ ਨੂੰ, ਹਰ ਬੱਚੇ ਨੂੰ ਮੌਕਾ ਮਿਲੇਗਾ। ਕੋਈ ਇਹ ਨਹੀਂ ਕਹੇਗਾ ਕਿ ਨਹੀਂ ਮੈਂ ਪੀਜ਼ਾ ਨਹੀਂ ਖਾਦਾ, ਅਸੀਂ ਬੱਚਿਆਂ ਦੇ ਹਿਸਾਬ ਨਾਲ ਰੀਜ਼ਨੇਬਲ ਰੇਟ ਰੱਖਾਂਗੇ। ਹਾਂ, ਤੇ ਵੀਡੀਓ ਸ਼ੇਅਰ ਕਰਕੇ ਜਿਹੜਾ ਪਹੁੰਚੂਗਾ ਉਹਨੂੰ ਵੀ ਇੱਕ ਚੋਕਲੇਟ ਫ੍ਰੀ ਮਿਲੂਗਾ। ਸਮਾਲ ਪੀਜ਼ਾ, ਸਮਾਲ ਪੀਜ਼ਾ 50 ਰੁਪਏ ਦਾ, ਠੀਕ ਹੈ। ਕੋਈ ਬੱਚਾ ਆ ਜਾਂਦਾ ਉਹਨੂੰ ਚੋਕਲੇਟ ਵੀ ਫ੍ਰੀ ਦੇਣਗੇ ਦੇਣਗੇ ਇੱਕ ਪੀਜ਼ੇ ਦੇ ਨਾਲ, ਕਿਉਂਕਿ ਇੱਥੇ ਆਂਟੀ ਕਹਿੰਦੇ ਆ ਕਿ ਜਿਹੜੇ ਨਾਰਮਲ ਘਰ ਦੇ ਵੀ ਬੱਚੇ ਆ ਨਾ ਉਹ ਵੀ ਇੱਥੇ ਆਣ ਤੇ ਪੀਜ਼ਾ ਖਾ ਕੇ ਜਾਣ ਘੱਟ ਰੇਟ 'ਚ। ਸਟਾਰਟਿੰਗ ਰੇਟ 50 ਹੈ, ਸਟਾਰਟਿੰਗ 50 ਤੋਂ, ਹਾਂਜੀ 50 ਤੋਂ ਸਟਾਰਟ ਹੈ ਸਰ। ਇਹ ਕਲਾਸਿਕ ਸੀ, ਇਹ ਕਲਾਸਿਕ ਹੀ, ਹਾਂਜੀ। ਇਹ ਮੈਗਨੀਟਾ ਜਿਹੜਾ ਤੁਹਾਨੂੰ 120 ਤੋਂ ਥੱਲੇ ਨਹੀਂ ਮਿਲਣਾ, ਚੈੱਕ ਕਰੋ। ਕਿਤੇ ਅਸੀਂ ਪੀਜ਼ੇ ਖਾਣ ਜਾਂਦੇ ਆ ਨਾ ਉੱਥੇ ਸਫਾਈ ਨਹੀਂ ਹੁੰਦੀ ਆ, ਵੇਖ ਲਓ ਇੱਕ ਇੱਕ ਚੀਜ਼ ਸਾਫ਼ ਹੋ ਗਈ। ਇਹ ਆ ਗਏ ਆਪਣੇ ਓਰਗੈਨੋ, ਠੀਕ ਆ। ਇਹ ਆ ਗਈ ਚਿਲੀ ਫਲੇਕਸ, ਚਿਲੀ ਫਲੇਕਸ। ਇਹ ਚੀਜ਼ ਦੀ ਕੋਈ ਕਮੀ ਤੇ ਨਹੀਂ ਆ ਰਹੀ? ਨਹੀਂ ਨਹੀਂ, ਚੀਜ਼ ਦੀ ਬਹੁਤ ਮੌਕੇ ਆ ਸਾਰਾ ਭਰ ਕੇ। ਇਹ ਆਪਣਾ ਕਲਾਸਿਕ ਪੀਜ਼ਾ, ਇਹ ਆ ਗਿਆ ਮੈਗਰੀਟਾ ਪੀਜ਼ਾ, ਆਪਣੀ ਕੋਲਡ ਡਰਿੰਕ ਇੱਕ, ਇਹ ਆ ਗਈ ਬੱਚੇ ਵਾਲੀ ਚੌਪ, ਇਹਦਾ ਇੱਕ 120, ਇਹ ਵੀ 120 ਦੇ ਵਿੱਚ ਹੀ ਆ। ਪਲੀਜ਼ ਸਪੈਸ਼ਲ, ਜੇ ਕੋਈ ਸਾਡੀ ਵੀਡੀਓ ਵੇਖ ਕੇ ਆਂਟੀ ਉਹਨਾਂ ਦੀ ਆਊਗਾ ਤੇ ਉਹਨੂੰ ਇੱਕ ਚੋਕਲੇਟ ਫ੍ਰੀ ਮਿਲੂਗੀ ਬੱਚਿਆਂ ਵਾਸਤੇ, ਤੇ 120 ਦੇ ਵਿੱਚ 2 ਪੀਜ਼ੇ ਤੇ ਇੱਕ ਕੋਲਡ ਡਰਿੰਕ ਮਿਲੂਗੀ। ਤੇ ਪਾਉਣ ਭਾਅ ਜੀ ਦੱਸੋ ਕੁਝ। ਮੈਂ ਤੇ ਇਹੀ ਕਹਿਣਾ ਚਾਹੁੰਦਾ ਕਿ ਜਿਹੜੇ ਮਿਹਨਤ ਕਰਦੇ ਪਏ ਆ 120 ਦੇ ਵਿੱਚ, ਇੰਪੋਸੀਬਲ ਆ ਕਿ ਹੋਰ ਕਿਤੋਂ ਤੁਹਾਨੂੰ ਇੰਨਾ ਵਧੀਆ ਕੌਂਬੋ ਮਿਲੇ, ਨਹੀਂ ਮਿਲੇ। ਤੇ ਮੈਂ ਕਹਿੰਦਾ ਵਾਂ ਕਿ ਇਹੋ ਜਿਹੇ ਲੋਕਾਂ ਨੂੰ ਸਪੋਰਟ ਕਰਨੀ ਚਾਹੀਦੀ ਜਿਹੜੇ ਮਿਹਨਤ ਕਰਦੇ ਪਏ, ਕਮਾਈ ਹੈਗੀ ਆ ਮਗਰ ਥੋੜ੍ਹੀ ਕਰਦੇ ਪਏ ਆ, ਨੋ ਲੋਸ ਨੋ ਪ੍ਰੋਫਿਟ ਦੇ ਵਿੱਚ। ਇੱਕ ਇਹਨਾਂ ਦੀ ਵੀਡੀਓ ਸ਼ੇਅਰ ਅਤੇ ਲਾਈਕ ਕਰਨ ਦੇ ਨਾਲ ਜੇ ਕਿਸੇ ਦਾ ਕੰਮ ਚੱਲਦਾ ਇਹਨਾਂ ਦੀ ਡਿਮਾਂਡ ਵੱਧ ਜਾਂਦੀ ਹੈ। ਕੋਸ਼ਿਸ਼ ਇਹਨਾਂ ਨੇ ਇਹੀ ਕਿਹਾ ਕਿ ਕੋਸ਼ਿਸ਼ ਸਾਡੀ ਇਹੀ ਹੋਏਗੀ ਸਾਡੀ ਸੇਲ ਵੱਧ ਜਾਏਗੀ ਤੇ ਅਸੀਂ ਇੰਨਾ ਹੀ ਰੇਟ 'ਚ ਅੰਮ੍ਰਿਤਸਰ ਦੇ ਲੋਕਾਂ ਨੂੰ ਖਵਾਵਾਂਗੇ। 5 ਜਾਂ 10 ਰੁਪਏ ਮਾਰਜਨ ਆਏਗਾ, ਇਸ ਤੋਂ ਜ਼ਿਆਦਾ ਮਾਰਜਨ ਨਹੀਂ ਆਏਗਾ। ਲੋਰੀ ਗੇਟ, ਹਾਂਜੀ, ਇਨਸਾਈਡ ਬੋਰੀਆਂ ਵਾਲਾ ਬਾਜ਼ਾਰ, ਠੀਕ ਆ, ਚਮਨ ਜੀ ਮੰਦਰ। ਚਲੋ ਟੇਸਟ ਕਰਕੇ ਆਪਣੇ ਜਿਹੜੀ ਆਡੀਅੰਸ ਉਹਨੂੰ ਇਹਦਾ ਟੇਸਟ ਦੱਸੀ ਕਿਵੇਂ ਦਾ ਆਣਾ ਵਾ। ਓਕੇ।
ਲੋ ਜੀ ਆਪਣਾ ਪੀਜ਼ਾ ਹੋ ਗਿਆ ਤਿਆਰ ਹੈਗਾ ਪੂਰਾ ਗਰਮ ਗਰਮ ਆ ਕੇ ਟੇਸਟ ਕਰਕੇ ਦੱਸਦੇ ਤੁਹਾਨੂੰ ਟੇਸਟ ਪੂਰਾ ਬੋਕੇ ਰਿਪੋਰਟ ਜ਼ਬਰਦਸਤ ਹੈ ਇੱਕ ਵਾਰੀ ਆ ਕੇ ਇੱਥੇ ਵਿਜ਼ਿਟ ਕਰਿਓ ਬਹੁਤ ਜ਼ਿਆਦਾ ਸਵਾਦ ਹੈ ਤੁਹਾਡੇ ਪੈਸੇ ਵਸੂਲ ਹੈਗੇ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ 'ਚ ਥੈਂਕ ਯੂ ਸੋ ਮਚ ਲੋਕੀ 60 ਰੁਪਏ ਦੇਣ ਦੇ 70 ਰੁਪਏ ਦਾ ਅਮੂਲ ਬਟਰ ਵਾਲਾ 35 ਰੁਪਏ ਦਾ ਦੇਣ ਦੇ ਸਵੀਟ ਕੋਰਨ ਪਾ ਕੇ ਸ਼ਿਮਲਾ ਮਿਰਚ ਚੁਕੰਦਰ ਪਾ ਕੇ ਪੈਟੀ ਕੁਲਚਾ ਦੇਣ ਦੇ ਜੀ ਚੀਪ ਐਂਡ ਬੈਸਟ ਰੇਟ ਹੈਗਾ ਜੀ ਵਾਜਿਬ ਰੇਟ ਹੈ ਹੋਰ ਕੁਲਚਾ ਵਾਲਿਆਂ ਨੇ ਮਟੀਰੀਅਲ ਵੀ ਕੰਮ ਪਾਉਂਦੇ ਆ ਤੇ 50 ਰੁਪਏ ਕੁਲਚਾ ਜਾਂ 70 ਰੁਪਏ ਕੁਲਚਾ ਕਰਤਾ ਇਹਨਾਂ ਨੇ ਮੱਖਣ ਵਾਲਾ ਕੁਲਚਾ ਆਪਣੇ ਵਾਜਿਬ ਰੇਟ ਤੇ 40 ਰੁਪਏ ਰੱਖਿਆ 15 ਸਾਲ ਤੋਂ ਆਉਂਦੇ ਜੀ ਇਹਨਾਂ ਦੇ ਕੁਲਚੇ ਬਹੁਤ ਵਧੀਆ ਮਟੀਰੀਅਲ ਹਰ ਚੀਜ਼ ਪਾਉਂਦੇ ਆ ਕੁਲਚੇ 'ਚ ਸਵੀਟ ਕੋਰਨ ਬੱਚਿਆਂ ਨੂੰ ਬਹੁਤ ਪਸੰਦ ਲੱਗਦੇ ਹਰ ਸੰਡੇ ਦੇ ਸੰਡੇ ਆਹੀ ਆਉਂਦੇ ਆ ਔਰ 5-7 ਕੁਲਚੇ ਲੈ ਕੇ ਜਾਂਦੇ ਨੇ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਹਾਡੇ ਵਾਸਤੇ ਲੈ ਗਿਆ ਇੱਕ ਨਵੀਂ ਵੀਡੀਓ ਕਿ 35 ਸਾਲਾਂ ਤੋਂ ਭਾਅ ਕੰਮ ਕਰਦਾ ਪਿਆ ਇੱਥੇ ਦੇ 35 ਸਾਲਾਂ ਤੋਂ ਅੰਮ੍ਰਿਤਸਰ 'ਚ ਕੁਲਚੇ ਖਵਾ ਰਹੇ ਨੇ ਤੇ ਆਈਓ ਇਹਨਾਂ ਨਾਲ ਕਰਦੇ ਅਸੀਂ ਗੱਲ ਚਿਕੰਦਰ ਆ ਗਈ ਭਾਈ ਚਿਕੰਦਰ ਆ ਗਈ ਸ਼ਿਮਲਾ ਮਿਰਚ ਆ ਗਈ ਸ਼ਿਮਲਾ ਮਿਰਚ ਆ ਗਈ ਪਿਆਜ਼ ਆ ਗਏ ਪਿਆਜ਼ ਆ ਗਏ ਇਹ ਮਸਾਲਾ ਏ ਅੱਛਾ ਜੀਰਾ ਅਜਵਾਇਣ ਅਨਾਰਦਾਨਾ ਕਾਲੀ ਮਿਰਚ ਜੀ ਅੱਛਾ ਜੀ ਵਾਹ ਜੀ ਵਾਹ ਆ ਗਈ ਆਪਣੀ ਕਰਾਮ ਕਰਾਮ ਆ ਗਈ ਹਾਂਜੀ ਤੇ ਭਾਈ ਤੁਹਾਨੂੰ ਕਿੰਨਾ ਚਿਰ ਹੋ ਗਿਆ ਇੱਥੇ ਕੰਮ ਕਰਦੇ ਨੂੰ ਇੱਥੇ 35 ਸਾਲ ਹੋ ਗਏ ਪਹਿਲਾਂ ਫਾਦਰ ਸਾਹਿਬ ਲਾਉਂਦੇ ਸੀ ਜੀ ਅੱਛਾ ਫਾਦਰ ਸਾਹਿਬ ਹੀ ਅੱਛਾ ਫਾਦਰ ਸਾਹਿਬ ਵੀ ਨਾਲ ਕੰਮ ਕਰਦੇ ਪੜ੍ਹਾਈ ਪੜ੍ਹਾਈ ਕਰਦੇ ਕਿ ਨਹੀਂ ਇੱਥੇ ਕੰਮ ਹੀ ਕਰਦੇ ਕਰ ਲਈ ਭਾਜੀ ਕਿੰਨਾ ਪੜ੍ਹੇ ਭਾਜੀ 10 ਪੜ੍ਹੇ ਭਾਜੀ ਅੱਛਾ ਆਏ ਆਪਣੇ ਬੇਸ ਤਿਆਰ ਹੋਣ ਇਹ ਚ ਘਿਓ ਲੱਗਾ ਸਾਰਾ ਕੋਈ ਇਹਦੇ ਚ ਦੱਸੋ ਹਾਂ ਹਾਂ ਲਹਿਰ ਬਣੀ ਆ ਕਿੰਨੀਆਂ ਲਹਿਰਾਂ ਦਾ ਹੁੰਦਾ ਕੁਲਚਾ ਇਹ 7-8 ਲਹਿਰਾਂ ਜੀ ਭਾਜੀ 7-8 ਲਹਿਰਾਂ ਹਾਂਜੀ ਤੇ ਇਹ ਸਾਰੀਆਂ ਸਬਜ਼ੀਆਂ ਪਾ ਕੇ ਦਿੰਦੇ ਹੋ ਹਾਂਜੀ ਹਾਂਜੀ ਇਹ ਮਿਕਸ ਵੈਜ ਜੀ ਪਨੀਰ ਵਾਲਾ ਗੋਭੀ ਵਾਲਾ ਅੱਛਾ ਤੇ ਪੈਟੀ ਕੁਲਚਾ ਹੈ ਪੈਟੀ ਕੁਲਚਾ ਵੀ ਹੁੰਦਾ ਹਾਂਜੀ ਹੋਏ ਭਾਜੀ ਇਹ ਭਾਜੀ ਕਿਹੜਾ ਘਿਓ ਡਾਲਡਾ ਜੀ ਇਹ ਡਾਲਡਾ ਘਿਓ ਹਾਂਜੀ ਉੱਪਰ ਆ ਗਈ ਗੋਭੀ ਅੱਛਾ ਉਹ ਤੋਂ ਫਿਰ ਤੋਂ ਆ ਗਈ ਗੋਭੀ ਹਾਂਜੀ ਫਿਰ ਆ ਗਿਆ ਮਸਾਲਾ ਫਿਰ ਆ ਗਿਆ ਮਸਾਲਾ ਵਾਹ ਜੀ ਵਾਹ ਜੀ ਕਿੰਨਾ ਟਾਈਮ ਲੱਗੂਗਾ ਬਣਨ ਵਾਸਤੇ ਬਸ 4-5 ਮਿੰਟ ਭਾਈ 4-5 ਹਾਂਜੀ ਵਾਹ ਜੀ ਕੁਲਚਾ ਭਾਈ ਮਟੀਰੀਅਲ ਉਹਨਾਂ ਪਾ ਕੇ ਨਹੀਂ ਦਿੰਦਾ ਜਿੰਨਾ ਹੀ ਪਾ ਦਿੰਦੇ ਜਿੰਨਾ ਪਾ ਦਿੰਦੇ ਹੋ ਇਹਨਾਂ ਕੋਈ ਵੀ ਪਾ ਕੇ ਨਹੀਂ ਦਿੰਦਾ ਆ ਗਿਆ ਭਾਈ ਆਪਣਾ ਮੂਲ ਦਾ ਮੱਖਣ ਚੈੱਕ ਕਰੋ ਕ੍ਰਿਸਪੀ ਹਾਂਜੀ ਹਾਂਜੀ ਭਾਈ ਇਹਨਾਂ ਮਲਟੀਰੀਅਲ ਕੇਜ ਨਹੀਂ ਪਾਏ ਦੇਣਗੇ ਇੱਥੇ ਵੇਖੋ ਸਵੀਟ ਕੋਰਨ ਸ਼ਿਮਲਾ ਮਿਰਚ ਚਿਕੰਦਰ ਕੋਈ ਨਹੀਂ ਪਾਏ ਦਿੰਦਾ 50-60 ਦਾ ਕੁਲਚਾ ਅਸੀਂ 25 ਰੁਪਏ ਦਾ ਸਾਦਾ ਦੇ ਦਿੰਦੇ ਹਾਂ ਇੱਕ 30 ਵਾਲਾ ਮੱਖਣ ਵਾਲੇ ਅਮੂਲ ਮੱਖਣ ਵਾਲਾ 35 ਦਾ ਹੈ ਆਪਣੇ ਕੋਲ ਅੱਛਾ ਸਿੰਪਲ ਇਹ ਘੱਟ ਰੇਟ ਤੇ ਦਿੰਦੇ ਨੇ ਜਿਹੜਾ ਮਰਜ਼ੀ ਆਵੇ ਖੁਸ਼ ਜਾਵੇ ਹਾਂਜੀ ਆ ਆਪਣੇ ਚਣਿਆਂ ਦੀ ਸਬਜ਼ੀ ਭਾਈ ਇਹ ਚਣਿਆਂ 'ਚ ਕੀ ਪੈਂਦਾ ਭਾਜੀ ਇਹ ਭਾਈ ਸਿੰਪਲ ਜੇ ਤੜਕੇ ਤੋਂ ਬਗੈਰ ਜੇ ਸਿੰਪਲ ਜੇ ਹਾਂਜੀ ਆ ਆ ਚਟਨੀ ਆ ਗਈ ਜੀ ਆਪਣੀ ਪੁਦੀਨੇ ਦੀ ਇਮਲੀ ਤੇ ਪਿਆਜ਼ ਪਾਈ ਇਹਦੇ ਨਾਲ ਦੀ ਚਟਨੀ ਨਾਲੇ ਅੰਮ੍ਰਿਤਸਰ ਕਿਹੜੇ ਨਹੀਂ ਮਿਲਣੀ ਜੀ ਭਾਜੀ ਇੰਨਾ ਕੇ ਸਵਾਦ ਪਾਇਆ ਹੈ ਹਾਂਜੀ ਕੁਲਚਾ ਤਿਆਰ ਹੋ ਗਿਆ ਹਾਂਜੀ ਹਾਂਜੀ ਭਾਜੀ ਇਹਦਾ ਰੇਟ ਕਿੰਨਾ ਰੇਟ 35 ਰੁਪਏ ਸਿਰਫ ਭਾਜੀ ਅਮੂਲ ਮੱਖਣ ਵਾਲਾ 35 ਰੁਪਏ ਹਾਂਜੀ ਹਾਂਜੀ ਤੇ ਕਿਸੇ ਨੇ ਖਾਣਾ ਹੈਗਾ ਆਪਣਾ ਐਡਰੈਸ ਕੀ ਆ ਖੰਡ ਵਾਲਾ ਹੈਗਾ ਇਹ ਪਿਸ਼ੋਰੀ ਕੈਂਪ ਦੇ ਬਾਹਰ ਹੀ ਰੇੜੀ ਮਾਰਕੀਟ 'ਚ ਖੰਡ ਵਾਲਾ ਹਾਂਜੀ ਰੇੜੀ ਮਾਰਕੀਟ ਪਿਸ਼ੋਰੀ ਕੈਂਪ ਦੇ ਬਾਹਰ ਰੇੜੀ ਮਾਰਕੀਟ ਸਵੇਰੇ 7 ਵਜੇ ਖੁੱਲ ਜਾਂਦਾ ਹੈ 3 ਵਜੇ ਤੱਕ ਬਾਹਰ ਇਹਨਾਂ ਲਾਤਾ ਇਹ 35 ਰੁਪਏ ਦਾ ਕੁਲਚਾ ਹੈਗਾ ਇਹ ਅਮੂਲ ਬਟਰ ਵਾਲਾ ਤੇ ਅਸੀਂ ਚੈੱਕ ਕਰਕੇ ਤੁਹਾਨੂੰ ਦੱਸਦੇ ਹਾਂ ਕਿੰਨਾ ਕੀ ਹੈਗਾ ਜੈ ਗੁਰੂ ਜੀ।
ਸੰਗਤ ਜੀ ਸਾਰਿਆਂ ਨੂੰ ਮੇਰੀ ਜੈ ਗੁਰੂ ਜੀ। ਪ੍ਰਭੂ ਜੀ ਮੈਂ ਦਵਾਰਕਾ ਫੂਡ ਹਾਊਸ ਤੋਂ ਇਹ ਸਾਡੀ ਦੇਸੀ ਘਿਓ ਦੀ ਥਾਲੀ ਸਪੈਸ਼ਲ ਥਾਲੀ ਸਿਰਫ 190 ਰੁਪਏ ਦੇ ਵਿੱਚ। ਪੱਕੀ ਗੱਲ ਹੈ ਅੰਕਲ ਜੀ? ਮੈਂ ਕਿਹਾ ਪੱਕੀ ਜੀ ਪੱਕੀ। ਤੁਸੀਂ ਖਾ ਕੇ ਦੇਖੋ, ਸਾਰੀ ਚੀਜ਼ਾਂ ਜਿਹੜੀ ਪ੍ਰੈਪਰੇਸ਼ਨ ਹੈਗੀ ਦੇਸੀ ਘਿਓ ਨਾਲ ਤਿਆਰ। ਦੇਸੀ ਘਿਓ ਨਾਲ? ਦੇਸੀ ਘਿਓ ਨਾਲ। ਇੱਕ ਵਾਰੀ ਤੁਸੀਂ ਆਓਗੇ, ਬਾਰ ਬਾਰ ਤੁਸੀਂ ਖਾਣ ਨੂੰ ਦਿਲ ਕਰੇਗਾ। ਤੁਸੀਂ ਦੂਰੇ ਕਿਤੇ ਖੁੜਦੇ ਹੋਵੋਗੇ, ਤੁਹਾਡਾ ਦਿਲ ਕਰੇਗਾ ਕਿ ਮੈਂ ਉੱਥੇ ਜਾ ਕੇ ਪਹਿਲਾਂ ਖਾਣਾ ਖਾਵਾਂ ਜਾ ਕੇ। ਅੱਛਾ, ਇੰਨਾ ਸਵਾਦ ਹੈਗਾ? ਇੰਨਾ ਸਵਾਦ ਹੈ ਸਾਡੀ ਚੀਜ਼ ਚ ਹੈਗਾ। ਚਨਾ ਮਸਾਲਾ ਹੈਗਾ ਜੀ, ਠੀਕ ਹੈ। ਆਹ ਸਾਡਾ ਸ਼ਾਹੀ ਪਨੀਰ ਹੈਗਾ ਜੀ, ਸ਼ਾਹੀ ਪਨੀਰ। ਆਹ ਸਾਡੀ ਦਾਲ ਮੱਖਣੀ ਹੈਗੀ ਜੀ। ਵਾਹ ਜੀ ਵਾਹ। ਉਸ ਤੋਂ ਬਾਅਦ ਠੰਡਾ ਠੰਡਾ ਰਾਇਤਾ ਮਿਲੇਗਾ ਤੁਹਾਨੂੰ ਨਾਲ। ਵਾਹ ਜੀ ਵਾਹ। ਦੋ ਪਰੋਠੇ ਮਿਲਣਗੇ। ਵਾਹ ਜੀ ਵਾਹ। ਮੈਂ ਦੋ ਬੰਦੇ ਨਹੀਂ ਜੇ ਖਾ ਸਕਦੇ। ਜੈ ਗੁਰੂ ਜੀ। ਪ੍ਰਭੂ ਜੀ ਮੈਂ ਦਵਾਰਕਾ ਫੂਡ ਹਾਊਸ ਤੋਂ, ਆ ਮੇਰਾ ਬੇਟਾ ਸਾਹਿਲ ਮਹਾਜਨ, ਠੀਕ ਹੈ। ਇਸ ਵੇਲੇ ਇਹਨੇ ਇੰਜੀਨੀਅਰਿੰਗ ਕੀਤੀ ਹੋਈ ਜੇ, ਠੀਕ ਹੈ। ਹੁਣ ਇਸ ਵੇਲੇ ਇਹਦਾ ਖਾਬ ਸੀ ਕਿ ਲੋਕਾਂ ਨੂੰ, ਪਬਲਿਕ ਨੂੰ ਅੱਛੀ ਖਾਣਾ ਪ੍ਰੋਵਾਈਡ ਕਰਾਇਆ ਜਾ। ਅਸੀਂ ਇਹ ਸਾਰਾ ਆਪਣਾ ਸਿਸਟਮ ਬਣਾਇਆ। ਤੁਸੀਂ ਆਪਣੇ ਬੱਚੇ ਨੂੰ ਸਟੈਂਡ ਕਰਤਾ, ਇੱਕ ਆਮ ਬੰਦਾ ਕੀ ਕਰਦਾ ਹੋਏਗਾ ਜਿਹੜੇ ਬੱਚੇ ਨੂੰ ਇੰਨਾ ਪੜ੍ਹਾ ਕੇ ਵੀ ਨੌਕਰੀ ਕਰਦਾ ਹੋਏਗਾ ਜਾਂ ਆਟੋ ਰਿਕਸ਼ਾ ਚਲਾਉਂਦਾ ਹੋਏਗਾ, ਉਹ ਬੱਚਾ ਦੇ ਬਾਹਰ ਵੀ ਨਹੀਂ ਜਾ ਸਕਦਾ ਨਾ ਆਪਣੇ ਮਾਂ ਪਿਓ ਨੂੰ ਛੱਡ ਕੇ ਕੰਮ ਕਰ ਸਕਦਾ। ਦੇਖੋ ਡ੍ਰੀਮ, ਪੰਜਾਬ ਗਵਰਨਮੈਂਟ ਨੂੰ ਕੀ ਕਰਨਾ ਚਾਹੀਦਾ ਇੱਥੇ? ਗਵਰਨਮੈਂਟ ਨੂੰ, ਪੰਜਾਬ ਗਵਰਨਮੈਂਟ ਨੂੰ ਚਾਹੀਦਾ ਹੈਗਾ ਕਿ ਇੰਡਸਟਰੀ ਲਿਆਓ, ਹਾਂਜੀ, ਸਕਸੈਸ ਕਰੋ, ਸਾਡਾ ਯੂਥ ਹੈ ਨਾ ਬਾਹਰ ਨਾ ਜਾਵੇ, ਪੰਜਾਬ 'ਚ ਰਹਿ ਕੇ ਪੰਜਾਬ 'ਚ ਰਹੇ, ਆਪਣੇ ਮਾਂ ਪਿਓ ਦੇ ਕੋਲ ਰਹੇ। ਜਿਹੜਾ ਮਾਂ ਪਿਓ ਆਪਣੇ ਬੱਚਿਆਂ ਨੂੰ 20 ਸਾਲ ਪੜ੍ਹਾਉਂਦਾ, ਪੈਸੇ ਲਾਉਂਦਾ, ਸਭ ਕੁਛ, ਬਾਅਦ 'ਚ 20 ਸਾਲਾਂ ਤੋਂ ਬਾਅਦ ਬੱਚਾ ਕਹਿੰਦਾ ਮੈਂ ਚੱਲਾਂ ਜੀ ਉਡਾਣੀ ਭਰ ਕੇ ਬਾਹਰ, ਤੇ ਮਾਂ ਪਿਓ ਇਕੱਲੇ ਰਹਿੰਦੇ, ਮਾਂ ਪਿਓ ਰਹਿੰਦੇ ਇਕੱਲੇ। ਇਹ ਚੀਜ਼ ਨੂੰ ਖਤਮ ਹੋਣਾ ਚਾਹੀਦਾ, ਇਹ ਚੀਜ਼ ਨੂੰ ਖਤਮ ਹੋਣਾ ਚਾਹੀਦਾ, ਖਤਮ ਹੋਣਾ ਚਾਹੀਦਾ। ਬੱਚਾ ਜਿਹੜਾ ਨਾ ਆਪਣੇ ਮਾਂ ਪਿਓ ਦੇ ਸਾਹਮਣੇ ਆਮਣੇ ਰਵੇ, ਮਾਂ ਪਿਓ ਦੇਖਭਾਲ ਰੱਖੇ, ਮਾਂ ਪਿਓ ਨੂੰ ਪਾ ਕੇ ਮੇਰਾ ਪੜਾ ਜੇ। ਹਾਂ, ਜਦੋਂ ਬੁਢਾਪਾ ਆਂਦਾ ਮਾਂ ਪਿਓ ਦੀ ਸੇਵਾ ਵੀ ਕਰੇ। ਦੇਖੋ ਵੀ ਸੇਵਾ ਤੇ ਕਰਨੀ ਪੈਣੀ ਹੋਈ ਆ। ਇਹ ਕੀ ਬਣਾ ਰਹੇ ਹੋ? ਇਹ ਲੱਛਾ ਪਰੋਠਾ। ਲੱਛਾ ਪਰੋਠਾ? ਹਾਂਜੀ ਹਾਂਜੀ। ਤੁਹਾਨੂੰ ਕਿੰਨਾ ਚਿਰ ਹੋ ਗਿਆ ਇੱਥੇ ਕੰਮ ਕਰਦੇ ਨੂੰ? ਸਰ ਇਹ ਕੰਮ ਕਰਦੇ ਹੋਏ ਮੇਰੇ ਕੋਲ 15-20 ਸਾਲ ਹੋਏ। 15 ਪਰਾਂਠਾ ਬਣਾ ਲਗੇ ਪਲਾ, ਦੇਖੋ ਇਹਦੀ ਹੋਣ ਲੱਗੀ ਭਾਈ, ਇਹ ਲੱਗ ਗਿਆ ਦੇਸੀ ਘਿਓ, ਇਹ ਲੱਗ ਗਿਆ ਥੋੜਾ ਜਿਹਾ ਮੈਥ, ਇਹ ਆ ਗਈ ਉੱਤੋਂ ਕਸੂਰੀ ਮੇਥੀ, ਇਹ ਲਾਤਾ ਘਿਓ, ਫਿਰ ਇਹ ਹੋਣ ਲੱਗੀ ਇਹਦੀ ਪਟਾਈ, ਇਹ ਭਾ ਨੇ ਗੁੱਸਾ ਚੜ ਗਿਆ ਭਾ ਨੂੰ ਤੇ ਭਾ ਕਰਦਾ ਪਟਾਈ ਪੂਰੀ ਚੰਗੀ ਤਰ੍ਹਾਂ ਭਾਜੀ ਪਟਾਈ ਕਰਕੇ ਇਹਦਾ ਖਸਾ ਬਣੇਗਾ ਕਿ ਵਧੀਆ ਬਣਦਾ? ਹਾਂਜੀ ਪਰਾਰਾ ਕ੍ਰਿਸਪੀ ਕ੍ਰਿਸਪੀ ਬਣ ਜਾਗਾ। ਅੱਛਾ, ਪਟਾਈ ਕਰਕੇ ਕ੍ਰਿਸਪੀ ਬਣਦਾ? ਹਾਂਜੀ ਹਾਂਜੀ। ਵਾਹ ਜੀ ਵਾਹ। ਇਹ ਚੱਲਿਆ ਹੁਣ ਫਟਾਫਟ ਤੰਦੂਰ ਦੇ ਅੰਦਰ, ਇਹ ਗਿਆ ਭਾਜੀ ਤਿਆਰ ਹੋ ਗਿਆ। ਭਾਜੀ ਇੱਕ ਵਾਰੀ ਜੀ ਕਿੰਨੀਆਂ ਰੋਟੀਆਂ ਲਾ ਲੈਂਦੇ ਤੁਸੀਂ ਤੰਦੂਰ 'ਚ? ਇਹ ਮੈਂ 30 ਰੋਟੀ, 40 ਰੋਟੀ ਲਗ ਸਕਦਾ। ਫਿਰ ਤੋਂ ਦੇਸੀ ਘਿਓ ਹੋ ਗਿਆ ਭਾਜੀ? ਹਾਂਜੀ ਹਾਂਜੀ, ਦੇਸੀ ਘਿਓ ਜੀ। ਉਹ ਤਾਂ ਹੈ ਪੰਜਾਬੀ, ਬਹੁਤ ਦੇਸੀ ਘਿਓ 'ਚ ਨਾਮੀ ਹੈ, ਦਾਲ ਮੱਖਣੀ ਨਾਮੀ ਹੈ ਪੰਜਾਬ ਦਾ, ਜੋ ਲਾਸਾ ਪਰੋਠਾ ਹੈ ਬਹੁਤ ਨਾਮੀ ਹੈ। ਹਾਂ, ਦੇਸੀ ਘਿਓ ਰੱਜ ਕੇ ਪਾਇਆ ਜਾਂਦਾ। ਹਾਂਜੀ ਹਾਂਜੀ ਹਾਂਜੀ, ਇਸ ਮੈਂ ਐਸੇ ਕਰਕੇ ਕਰੰਜੀ ਕਰ ਦੋ ਐਸੇ। ਉਹ ਵੇਖੋ ਜੀ, ਵਾਹ ਜੀ ਵਾਹ, ਲੱਛ ਪਰਾਂਠਾ। ਇਹ ਛੋਟੀ ਜੀ ਦੇਗ ਰਹੀ ਬੜੀ ਸੋਹਣੀ ਲੱਗਦੀ ਵੀ। ਮੈਂ ਕਿਹਾ ਇਹ ਸਪੈਸ਼ਲ ਅਸੀਂ ਆਪਣੀ ਪਬਲਿਕ ਵਾਸਤੇ ਲੈ ਕੇ ਆਏ ਆ। ਗੁਰੂ ਮਹਾਰਾਜ ਨੇ ਸਾਨੂੰ ਇਹ ਦੇਗ ਕਿਹਾ ਲਿਆਉਣ ਵਾਸਤੇ ਕਿ ਇਹ ਦੇਗ ਰੱਖੋ, ਇਹਦੀ ਚੀਜ਼ ਬਣਾ ਕੇ ਪਬਲਿਕ ਨੂੰ ਖਵਾਓ ਤੇ ਇਸ ਦੀ ਹੋਰ ਜ਼ਿਆਦਾ ਤਰੱਕੀ ਤੁਹਾਡੀ ਹੋਏਗੀ। ਇਹਦੇ ਵਿੱਚ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਮਾਂ ਬਣਾਉਂਦੇ ਜੇ, ਉਹ ਮਾਂ ਤੁਸੀਂ ਖਾ ਕੇ ਇੰਨਾ ਕੁ ਆਨੰਦ ਆਉਂਦਾ ਜੇ, ਦੇਸੀ ਘਿਓ ਦੇ ਮਾਂ ਬੰਦੇ ਜੇ 12-12 ਘੰਟੇ ਰਿਜਿਸਟ ਰਹਿੰਦੇ ਜੇ। ਅੱਛਾ ਜੀ, ਠੀਕ ਆ। ਆਹ ਦੇਖੋ ਜੀ ਤੁਸੀਂ ਇੱਧਰ, ਆਹ ਦੇਖੋ ਰੰਗਤ, ਦੇਖੋ ਇਹਦੀ ਰੰਗਤ, ਦੇਖੋ ਆਹੋ ਰੰਗਤ, ਦੇਖੋ ਇਹਦੀ, ਆਹ ਦੇਖੋ ਦੇਖੋ ਰੰਗਤ ਇਹਦੀ, ਦੇਖੋ ਮਾਂ ਰਾਜਮਾ ਵਿੱਚ ਮਿਕਸ ਆ ਗਏ ਜੇ, ਟਮਾਟਰ ਮੈਮਡੀ ਆ ਜਿਹਦੇ ਮਸਾਲੇ ਪੈਂਦੇ ਜੇ। ਹਾਂਜੀ, ਹਰ ਤਰ੍ਹਾਂ ਦੀ ਚੀਜ਼ ਅਸੀਂ ਪ੍ਰੋਵਾਈਡ ਕਰਾਉਂਦੇ ਹਾਂ ਜੀ। ਕਸਟਮਰ ਕਿਉਂਕਿ ਕਸਟਮਰ ਸਾਡਾ ਪਰਮਾਤਮਾ ਰੂਪ ਹੈ। ਹਾਂਜੀ, ਅਸੀਂ ਕਸਟਮਰ ਨੂੰ ਆਪਣੇ ਪਰਮਾਤਮਾ ਰੂਪ ਸਮਝਦੇ ਹਾਂ, ਇਸ ਵਾਸਤੇ ਹਰ ਵਧੀਆ ਤੋਂ ਵਧੀਆ ਚੀਜ਼ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਅੰਕਲ ਜੀ, ਲੋਕਾਂ ਕੋਲ ਦੇਗਾਂ ਬੜੀਆਂ ਵੱਡੀਆਂ ਵੱਡੀਆਂ ਹੁੰਦੇ, ਤੁਸੀਂ ਛੋਟੀ ਜੀ ਦੇਗ ਰੱਖੀ? ਮੈਂ ਕਿਹਾ ਹਲੇ ਅਸੀਂ ਸਟਾਰਟ ਕੀਤਾ ਹਲੇ। ਹਾਂਜੀ, ਜਦੋਂ ਸਟਾਰਟ ਕੀਤਾ ਅਸੀਂ ਸਟੇਜ ਛੋਟੀ ਤੋਂ, ਹਰ ਚੀਜ਼ ਪਹਿਲਾਂ ਛੋਟੀ ਹੁੰਦੀ ਆ। ਹਾਂਜੀ, ਠੀਕ ਹੈ ਜੀ, ਜਦੋਂ ਬ੍ਰਿਕਸ਼ ਵੱਡਾ ਹੋ ਜਾਂਦਾ ਫਿਰ ਹਰ ਚੀਜ਼ ਵੱਡੀ ਹੋ ਜਾਂਦੀ ਆ, ਠੀਕ ਹੈ ਨਾ। ਸਾਡੀ ਜੋ ਦੇਗ ਪਰਮਾਤਮਾ ਨੇ ਸਾਡੇ ਕਿਰਪਾ ਕੀਤੀ, ਪਬਲਿਕ ਜਿਹੜੀ ਸਾਡੀ ਹੈਗੀ ਆ ਉਹ ਸਾਡੇ ਕਿਰਪਾ ਕਰੇਗੀ, ਸਾਡੇ ਕੋਲ ਆਏਗੀ ਚੀਜ਼ ਖਾਣ ਵਾਸਤੇ, ਸਵਾਦ ਚੀਜ਼ ਖਾਣ ਵਾਸਤੇ ਆਏਗੀ, ਜਦੋਂ ਸਾਡੀ ਡਿਮਾਂਡ ਜ਼ਿਆਦਾ ਪਏਗੀ ਵੱਡੇ ਕਾ ਜੇ। ਆਪਣਾ ਐਡਰੈਸ ਦਵਾਰਕਾ ਫੂਡ ਹਾਊਸ ਜੀ, ਗਲੀ ਨੰਬਰ 2 ਜੀ, ਬਟਾਲਾ ਰੋਡ ਜੀ, ਵਿਜੇ ਨਗਰ ਜੀ, ਆਪੋਜਿਟ ਪੁਲਿਸ ਚੌਂਕੀ ਜੀ, ਅੰਮ੍ਰਿਤਸਰ। ਅੰਮ੍ਰਿਤਸਰ। ਆਪਣਾ ਮੋਬਾਈਲ ਨੰਬਰ ਵੀ ਬੋਲ ਦੋ। 9888 ਜੀ, 588 ਜੀ, 704 ਦੇ ਲਈ ਲੇਕਰ ਆਏ ਹਾਂ ਅੰਮ੍ਰਿਤਸਰ ਕੇ ਇੱਕ ਨਿਆ ਜਾਇਕਾ। ਨਮਸਕਾਰ ਅੰਕਲ ਜੀ। ਨਮਸਕਾਰ ਜੀ, ਕੀ ਹਾਲ ਚਾਲ ਹੈ? ਠੀਕ ਆ ਜੀ।
ਕਿੰਨੇ ਸਾਲ ਹੋ ਗਏ ਤੁਹਾਨੂੰ ਕੰਮ ਕਰਦੇ ਇੱਥੇ? 35 ਸਾਲ ਹੋ ਗਏ ਜੀ। 35 ਸਾਲਾਂ ਜੋ ਆਪਣਾ ਕੀ ਫੇਮਸ ਹੈਗਾ ਦੱਸੋ ਜਰਾ। ਆਪਣਾ ਵੀ ਕਲਾਕੰਦ ਫੇਮਸ ਹੈ, ਹਾਂਜੀ, ਮਿਲਕ ਕੇਕ ਫੇਮਸ ਹੈ, ਹਾਂਜੀ, ਰਬੜੀ ਜੀ, ਫਿਰਨੀ ਫਿਰਨੀ, ਹਾਂਜੀ ਹਾਂਜੀ। ਅੰਕਲ ਜੀ ਅੱਜ ਕੀ ਖਵਾਓਗੇ ਸਾਨੂੰ? ਅੱਜ ਕਰੀਮ ਭੱਲਾ ਖਵਾਓਗੇ ਤੁਹਾਨੂੰ ਜੀ। ਕਰੀਮ ਭੱਲਾ? ਆਹ ਕੀ ਬਾਤ ਹੈ, ਕਰੀਮ ਭੱਲਾ ਖਾਓ। ਵਾਹ ਜੀ ਵਾਹ, ਕੀ ਪਾਉਂਦੇ ਕਰੀਮ ਭੱਲਾ? ਦੇਖੋ ਜੀ ਭੱਲੇ ਅਸੀਂ ਭੱਲਾ ਪਾਵਾਂਗੇ ਵਿੱਚ ਜੀ। ਵਾਹ ਜੀ ਵਾਹ, ਭੱਲਾ ਆ ਗਿਆ। ਹਾਂਜੀ, ਇਹ ਭੱਲੇ ਤੋਂ ਬਾਅਦ ਅਸੀਂ ਕਰੀਮ ਪਾ ਲਾਂਗੇ। ਦੇਖੋ ਜਾ, ਇਹ ਜਾ ਰਹੀ ਨੇ ਕਰੀਮ। ਇਹ ਪਿਓਰ ਕਰੀਮ ਹੈ ਅੰਕਲ? ਹਾਂਜੀ ਹਾਂਜੀ, ਇਹ ਕਰੀਮ ਦੇ ਨਾਲ ਜੀ, ਇਹ ਕਰੀਮ ਜਾ ਰਹੀ ਨੇ। ਅੰਕਲ ਜੀ ਪੈਸੇ ਜ਼ਿਆਦਾ ਲੈ ਲੈਣੇ ਤੁਸੀਂ ਮੇਰੇ ਹਿਸਾਬ ਨਾਲ? ਹਾਂ ਜੀ, ਨਾ 35 ਰੁਪਏ ਲੈਣੇ ਸਿਰਫ, 35 ਰੁਪਏ ਦਾ ਭੱਲਾ। 35 ਰੁਪਏ ਦਾ? ਹਾਂਜੀ, ਇਹ ਕਰੀਮ ਆ ਗਈ ਹੈ, ਭੱਲਾ ਆ ਗਿਆ। ਹਾਂਜੀ, ਉੱਤੇ ਪਨੀਰ ਆ ਗਾਣੇ ਵਖਰਾ ਭੱਲੇ, ਪਨੀਰ ਵੀ ਆ ਗਿਆ। ਆ ਦੇਖੋ ਪਨੀਰ ਪਨੀਰ ਹੋ ਜਾਣਾ ਹੈ। ਵਾਹ ਜੀ ਵਾਹ, ਜੋ ਦਿਖਾਵਾਂਗੇ ਉਹੀ ਖਵਾਵਾਂਗੇ। ਪੱਕੀ ਗੱਲ ਹੈ? ਜੋ ਦਿਖਾਵਾਂਗੇ ਉਹੀ ਖਵਾਵਾਂਗੇ। ਪੱਕੀ ਗੱਲ ਹੈ? ਹਾਂਜੀ 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 ਹਾਂਜੀ। ਵਾਹ ਜੀ ਵਾਹ, ਆ ਦੇਖੋ ਪਨੀਰ ਪਨੀਰ ਹੋ ਗਿਆ ਜੀ, ਪਨੀਰ ਪਨੀਰ ਹੋ ਗਿਆ। ਹਾਂਜੀ ਹਾਂਜੀ ਹਾਂਜੀ, ਇਸ ਤੋਂ ਬਾਅਦ ਅਸੀਂ ਤੁਹਾਨੂੰ ਕਾਜੂ ਦਿਖਾਵਾਂਗੇ। ਦੇਖੋ ਕਾਜੂ ਵੀ ਆਉਣਗੇ? ਹਾਂਜੀ, ਇਹ ਕਾਜੂ ਵੀ ਆਏਗਾ। ਅੰਕਲ ਜੀ ਤੁਸੀਂ ਅੰਮ੍ਰਿਤਸਰ 'ਚ ਕਿੱਥੇ ਲੁੱਕ ਕੇ ਬੈਠੇ ਸੀ? ਮੈਂ ਕਿਹਾ ਜੀ ਆਏ ਨਹੀਂ ਕੋਈ। ਮੈਂ ਕਿਹਾ ਜੀ ਮੋਜਾ ਆ ਗਿਆ, ਵੇਖੋ ਕਾਜੂ ਕਾਜੂ ਹੋਏਗਾ। ਵਾਹ ਜੀ ਵਾਹ, ਮਜ਼ੇਦਾਰ ਅੰਕਲ ਜੀ। ਇਸ ਤੋਂ ਬਾਅਦ ਸੋਗੀ ਆ ਰਹੀ ਹੈ। ਸੋਗੀ ਆ ਗਈ? ਜੋ ਮੈਂ ਦਿਖਾ ਰਿਹਾ ਮੈਂ ਉਹੀ ਖਵਾਵਾਂਗਾ। ਪੱਕੀ ਗੱਲ ਹੈ? ਹਾਂਜੀ ਹਾਂਜੀ, ਇਹ ਨਹੀਂ ਕਿ ਦਿਖਾਵਾਂਗਾ ਕੁਛ, ਇਹ ਦਿਖਾਵਾਂਗਾ ਕੁਛ ਤੇ ਦੇਵਾਂ ਕੁਛ ਨਾ, ਜੋ ਦਿਖਾਵਾਂਗਾ ਉਹੀ ਖਵਾਵਾਂਗਾ। ਵਾਹ ਜੀ ਵਾਹ ਅੰਕਲ ਜੀ, ਬਹੁਤ ਹੀ ਵਧੀਆ। ਸੋਗੀ ਆ ਗਈ ਨੇ, ਬਹੁਤ ਹੀ ਵਧੀਆ। ਇਹ ਚਟਨੀ ਆ ਗਈ ਨੇ ਮੇਰੀ। ਅੰਕਲ ਜੀ ਚਟਨੀ ਕਾਹਦੀ ਹੁੰਦੀ ਹੈ? ਚਾਚੇ ਆਮ ਪਾਪੜ ਤੇ ਇਮਲੀ ਦੀ। ਆਮ ਪਾਪੜ ਦੀ? ਆਮ ਪਾਪੜ ਤੇ ਇਮਲੀ। ਚਟਨੀ, ਵਾਹ ਬਈ ਵਾਹ, ਵਾਹ ਬਈ ਵਾਹ, ਕਿਆ ਬਾਤ ਹੈ। ਅਨੀਰੀ ਕਰੀਮ ਹੈਗੀ ਨੇ, ਚਟਨੀ ਵੀ ਕਰੀਮ ਹੈਗੀ ਨੇ। ਇਹਨੂੰ ਵੇਖ ਕੇ ਦੁਨੀਆ ਨੇ ਆਈ ਨਾ, ਇਹ ਮੈਂ ਕਹਿੰਦਾ ਨਾ ਦਿਓ। ਇਹ ਚਟਨੀ ਵੀ ਕਰੀਮ ਹੈਗੀ ਨੇ। ਆ ਲੋ ਫਿਰ ਹੋਰ ਆ ਗਈ ਨੇ, ਨਵਾਂ ਜਲਵਾ ਆਇਆ ਨੇ। ਜਲਵਾ? ਕਿਆ ਬਾਤ ਹੈ ਅੰਕਲ ਜੀ, ਪੱਕੀ ਗੱਲ ਹੈ ਜਲਵਾ ਆਇਆ। ਇੱਕ ਵਾਰੀ ਖਾਓ ਤੇ ਬਾਰ ਬਾਰ ਆਓ। ਵਾਹ ਜੀ ਵਾਹ, ਇੱਕ ਵਾਰੀ ਖਾ ਕੇ ਜਾਓ ਫਿਰ ਬਾਰ ਬਾਰ ਆਓਗੇ। ਵਾਹ ਜੀ ਵਾਹ। ਹਾਂਜੀ, ਇਹ ਭੱਲਾ ਤਿਆਰ ਹੋ ਗਿਆ। ਤਿਆਰ ਹੋ ਗਿਆ? ਹਾਂ, ਤੁਸੀਂ ਖਾ ਸਕਦੇ ਹੋ। ਇਹਦਾ ਰੇਟ ਕਿੰਨਾ ਅੰਕਲ ਜੀ? ਸਿਰਫ 35 ਰੁਪਏ। ਪੱਕੀ ਗੱਲ ਹੈ? ਕਰੀਮ ਵਾਲਾ ਭੱਲਾ 35 ਰੁਪਏ ਦਾ, ਦਹੀਂ ਵਾਲਾ ਭੱਲਾ ਸਿਰਫ 15 ਰੁਪਏ ਦਾ, ਸਿਰਫ 15 ਰੁਪਏ। ਅੰਕਲ ਜੀ ਇਹਨਾਂ ਜਿਹੜਾ ਸੋਗੀ ਸਾਗੀ ਪਾ ਕੇ ਦਹੀਂ ਭੱਲਾ ਤੁਸੀਂ ਵੇਚਦੇ ਪਏ ਹੋ, ਇਹ ਤੇ ਬਹੁਤ ਮਹਿੰਗਾ ਹੋਣਾ। ਨਹੀਂ ਜੀ, ਇਹ ਭੱਲਾ ਸਿਰਫ 15 ਰੁਪਏ ਦਾ। ਸਿਰਫ 15 ਰੁਪਏ ਦਾ? ਸਿਰਫ 15 ਰੁਪਏ। ਕਿੱਥੇ ਮਿਲੇਗਾ? ਇਹ ਸ਼ਿਵਾ ਮਿਲਕ ਭੰਡਾਰ ਤੇ ਹੀ ਮਿਲੇਗਾ। ਸ਼ਿਵਾ ਮਿਲਕ ਭੰਡਾਰ ਤੇ ਹੀ ਮਿਲੇਗਾ? ਹਾਂਜੀ ਜੀ, ਕਟੜਾ ਤੋਂ ਸ਼ਿਵਾ ਮਿਲਕ ਭੰਡਾਰ ਤੇ ਹੀ ਮਿਲੇਗਾ, ਔਰ 15 ਰੁਪਏ ਦਾ ਭੱਲਾ ਮਿਲੇਗਾ। 15 ਰੁਪਏ ਦਾ? ਹਾਂ ਪਨੀਰ ਦੀ, ਮਲਾਈ ਪਨੀਰ। ਮਲਾਈ ਪਨੀਰ? ਹਾਂ, ਇਹ ਆ ਗਿਆ ਜੀ ਮਲਾਈ ਪਨੀਰ, ਆ ਦੇਖੋ ਇਹ ਮਲਾਈ ਪਨੀਰ ਦੇ ਵਾਲੇ। ਵਾਹ ਜੀ ਵਾਹ, ਇਹਨੂੰ ਦੇਖੋ ਐਸਾ ਮਲਾਈ ਹੋਏਗਾ ਕਟਿੰਗ। ਹੈਲੋ, ਇਹ ਮੂੰਹ ਚ ਘੁਲ ਜਾਏਗਾ। ਹਾਂਜੀ ਹਾਂਜੀ ਹਾਂਜੀ, ਦੰਦ ਮਾਂ ਲੱਗਦਾ ਹੈ, ਦੰਦ ਮਾਂ ਲੋੜ ਦੀ ਪੈ ਗਈ। ਹੈਲੋ ਜੀ। ਵਾਹ ਜੀ ਵਾਹ, ਲੱਛਾ ਰਬੜੀ, ਪਿਓਰ ਦੁੱਧ, ਪਿਓਰ ਦੁੱਧ ਦੀ। ਹਾਂਜੀ, ਪਿਓਰ ਦੁੱਧ ਦੀ ਇੱਕ ਲੱਛਾ ਦੇਖੋ, ਇਹ ਲੱਛੇ ਲੱਛੇ ਹੋਣਗੇ। ਵਾਹ ਜੀ ਵਾਹ, ਲੱਛਾ ਰਬੜੀ ਹੈ, ਲੱਛਾ ਹੀ ਲੱਛਾ ਹੋਏਗਾ। ਇਹਦੇ ਉੱਪਰ ਪਿਸਤਾ ਆਣਾ ਨੇ, ਆ ਦੇਖੋ ਪਿਸਤਾ ਆ ਰਹੇ ਨੇ। ਇਹ ਪਿਓਰ ਖੋਏ ਦਾ ਅੰਕਲ ਜੀ? ਹਾਂਜੀ, ਪਿਓਰ ਖੋਇਆ, ਕੁਛ ਨਹੀਂ ਹੋਏਗਾ ਜੀ। ਜਿਹੜਾ ਮਰਜ਼ੀ ਕੋਈ ਵਰਤ ਚ ਖਾ ਸਕਦਾ, ਕੋਈ ਸਮਾਂ ਹੀ ਖਾ ਸਕਦਾ, ਪਿਓਰ ਸੋਧੀ ਹੋਣਗੇ, ਕੋਈ ਫਰਕ ਨਹੀਂ ਹੋਏਗਾ ਉਹਦੇ ਵਿੱਚ ਜੀ। ਲੰਗੀ ਆ ਤੁਹਾਨੂੰ ਬਣਾਉਂਦੇ ਬਣਾਉਂਦੇ ਕਿੰਨਾ ਚਿਰ ਹੋ ਗਿਆ? ਇਹਨੂੰ ਸਾਨੂੰ 30 ਸਾਲ ਹੋ ਗਏ ਜੀ। ਅੰਕਲ ਜੀ ਇੱਦਾਂ ਹੀ ਤਾਜ਼ਾ ਤਾਜ਼ਾ ਰੋਜ਼ ਦਾ ਰੋਜ਼ ਵਿਕਦਾ? ਬਿਲਕੁਲ ਜੀ, ਗਰਮ ਗਰਮ ਹੋਏਗਾ ਜੀ, ਇਹ ਗਰਮ ਗਰਮ ਗਰਮ। ਹਾਂਜੀ, ਇਹ ਦੁੱਧ ਕਾਣ ਕਾਣ ਕੇ ਦੁੱਧ ਪਾ ਕੇ ਦੁੱਧਾ ਬੰਦਾ ਹੈ। ਹਾਂਜੀ, ਆ ਕਰਕੇ ਹੁਣ ਬਿਲਕੁਲ ਇਹਨੂੰ ਦਮ ਦੇਈਦਾ। ਅੱਛਾ, ਫਿਰ ਇਹ ਲਾਲ ਹੋਏਗਾ ਅੰਦਰੋਂ ਜੀ, ਬਿਲਕੁਲ A1 ਹੋਏਗਾ। A1 ਇਹ ਕਿਉਂ ਪਏਗਾ? ਇਹ ਕਮ ਸੇ ਕਮ ਅੱਧਾ ਕਿਲੋ ਕਿਉਂ ਪਏਗਾ? ਅੱਧਾ ਕਿਲੋ ਕਿਉਂ? ਹਾਂਜੀ ਹਾਂਜੀ, ਕਿਉਂ ਪਏਗਾ ਤਾਂ ਲਾਲ ਹੋਏਗਾ। ਵਾਹ ਜੀ, ਇਹ ਕਿਉਂ ਨੇ ਲਾਲ ਕਰਨਾ ਇਹਨੂੰ?
ਆਪਣੇ ਆਪ ਨਹੀਂ ਲਾਲ ਹੋਏਗਾ, ਘਿਓ ਪਾਵਾਂਗੇ ਲਾਲ ਹੋਏਗਾ। ਪਟਨਾ ਦੁੱਲੋ ਸ਼ਿਵਾ ਮਿਲਕ ਪੰਜਾਬ ਤੇ ਆਓ ਤੇ ਆਪਣੇ ਦੁਕਾਨ ਦੀ ਟਾਈਮਿੰਗ ਕਿੰਨੀ ਆ? ਟਾਈਮਿੰਗ ਸਵੇਰੇ 7 ਵਜੇ ਤੋਂ 11 ਵਜੇ ਤੱਕ ਜੀ, ਸ਼ਾਮੀ 4 ਵਜੇ ਤੋਂ ਰਾਤੀ 9 ਵਜੇ ਤੱਕ।